ਹੁਣ ਵੀ ਚੈੱਕ ਕੀਤਾ ਇਸ ਮੋਟਰਸਾਈਕਲ ਨੇ ਜਿਹੜੇ ਪਟਾਕੇ, ਇਸ ਕਰਕੇ ਤੁਹਾਨੂੰ ਕਿੰਨੇ ਵਾਰੀ ਪਹਿਲਾਂ ਰੋਕਿਆ, ਤੁਹਾਨੂੰ ਕਿੰਨੇ ਵਾਰੀ ਪਹਿਲਾਂ ਸਮਝਾਇਆ ਵੀ ਸ਼ਹਿਰ ਵਿੱਚ ਪਟਾਕੇ ਨਹੀਂ ਮਾਰਨੇ। ਹੁਣ ਪਟਾਕੇ ਮਾਰੇ ਆ ਨਾ, ਹੁਣ ਪੁੱਤਾਂ ਲਓ ਤੁਹਾਡਾ ਤਾਂ ਮੋਟਰਸਾਈਕਲ ਅਸੀਂ ਬੰਦ ਕਰ ਦਿੱਤਾ, ਆਹ ਗਿਫਟ ਹੈ ਤੁਹਾਨੂੰ ਪਟਾਕੇ ਮਾਰਨ ਦਾ। ਅਤੇ ਹੁਣ ਜਿਹੜੇ ਅਗਲੇ ਤੁਹਾਡੇ ਯਾਰ ਦੋਸਤ ਹੋਣਗੇ ਉਹਨਾਂ ਨੂੰ ਵੀ ਦੱਸ ਦਿਓ ਕਿ ਹੁਸ਼ਿਆਰਪੁਰ ਸ਼ਹਿਰ 'ਚ ਪਟਾਕੇ ਮਾਰੋ ਅਤੇ ਇੰਚਾਰਜ PCR ਤੋਂ ਆਪਣਾ ਗਿਫਟ ਪ੍ਰਾਪਤ ਕਰੋ, ਠੀਕ ਹੈ। ਮੈਂ ਸਰ ਆਪ ਜੀ ਦੇ ਮਾਧਿਅਮ ਰਾਹੀਂ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਮੋਟਰਸਾਈਕਲ ਹੈ ਇਹਦਾ ਪਟਾਕਾ ਨਾ ਮਾਰਿਆ ਕਰੋ, ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਪੈਦਾ ਕਰਦਾ। ਇਹ ਕੱਲ੍ਹ ਇੱਕ ਲੜਕਾ ਸੀਗਾ, ਇਹਨੇ ਜਿਹੜੀ ਮੋਨਾ ਚਰਚ ਹੈ ਹੁਸ਼ਿਆਰਪੁਰ ਦੀ ਬੜਾ ਮਸ਼ਹੂਰ ਚਰਚ ਆ, ਉਹਦੇ ਸਾਹਮਣੇ ਆ ਕੇ 4 ਪਟਾਕੇ ਮਾਰੇ ਅਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ, ਜਦ ਸਾਡੇ ਕੋਲ ਆ ਗਿਆ ਇਹਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ, ਪੁਲਿਸ ਦੀ ਜਿਹੜੀ ਪੁਲਿਸ ਦੀ ਟੀਮ ਹੈ ਉਹਦੀ ਮਦਦ ਦੇ ਨਾਲ। ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ, ਇਹਨੇ ਬੜੇ ਤਰਲੇ ਮਾਰੇ, ਸਰ ਮੈਨੂੰ ਇੱਕ ਮੌਕਾ ਦੇ ਦਿਓ, ਜਦਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ। ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕ ਕੇ ਕੀਤਾ ਇਹਦਾ। ਅਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ? ਬਾਕੀ ਦੇ ਬੱਚੇ ਜਿਹੜੇ ਪੇਰੈਂਟਸ ਆ, ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਆਪ ਜੀ ਦੀ ਦੋਸਤ ਹੈ, ਮਿੱਤਰ ਹੈ, ਤੁਹਾਡੇ ਆਪਣੇ ਚਾਹੁਣ ਵਾਲੇ ਆ, ਉਸੇ ਤਰ੍ਹਾਂ ਹੀ ਹੈਲਮਟ ਹੈ। ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ, HELMET, ਐਚ ਦਾ ਮਤਲਬ ਹੈਗਾ ਹੈੱਡ, ਇਹਦਾ ਮਤਲਬ ਸਿਰ, ਈ ਦਾ ਮਤਲਬ ਈਅਰ ਕੰਨ, ਐੱਲ ਦਾ ਮਤਲਬ ਲਿਪ ਹੋਠ, ਐੱਮ ਦਾ ਮਤਲਬ ਮਾਊਥ ਮੂੰਹ, ਈ ਦਾ ਮਤਲਬ ਆਈਜ਼ ਅੱਖਾਂ, ਅਤੇ ਟੀ ਦਾ ਮਤਲਬ ਟੀਥ। ਇਹ ਜਿਹੜਾ ਹੈਲਮਟ ਹੈ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਰੀਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ। ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ। ਮੈਂ ਪੇਰੈਂਟਸ ਨੂੰ ਇਹ ਰਿਕੁਐਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਇਹ ਸੜਕ ਦੇ ਰੋਡ ਦੇ ਉੱਪਰ 2-wheeler ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣ, ਕਿਉਂਕਿ ਬਹੁਤ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਪੀੜ੍ਹੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ, ਜਿਹੜੇ ਰੂਲ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ, ਉਹਨਾਂ ਦੀ ਕਰੋ। ਦੂਸਰੀ ਠਹਿਰੋ ਥੋੜ੍ਹਾ ਇੱਥੇ, ਮੈਨੂੰ ਭੁੱਲ ਗਿਆ ਆਮ ਬੇਟਾ ਕਿੰਨੇ ਪਟਾਕੇ ਮਾਰੇ ਮੋਟਰਸਾਈਕਲ ਨੇ? ਮਾਰੇ ਨਾ 4 ਪਟਾਕੇ ਮਾਰੇ ਆ ਨਾ, ਆਟੋਮੈਟਿਕ ਵੱਜੇ ਸੀ। ਹਾਂ ਆਟੋਮੈਟਿਕ ਵੱਜੇ ਸੀ ਉਹ ਤੇਰੇ ਮੋਟਰਸਾਈਕਲ ਦੇ ਪੁੱਤ।